ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਮੈਂ ਲਕਸ਼ਦਾ ਸ਼ਰਮਾ ਹਾਜ਼ਰ ਨਾਲ ਲੈ ਕੇ ਸ਼ੋਅ ਚਮਕ ਸਿਤਾਰਿਆਂ ਦੀ। ਚਾਹੇ ਸਾਵਨ ਮੇਂ ਲਗਾਨੀ ਹੋ ਆਗ, ਚਾਹੇ ਜੁੰਮੇ ਦੀ ਰਾਤ 'ਚ ਨਚਾਉਣਾ ਹੋਵੇ ਸਲਮਾਨ ਖਾਨ ਨੂੰ, ਜਾਂ ਫਿਰ ਕਿਸੇ ਫਿਲਮ ਨੂੰ ਬਣਾਉਣਾ ਹੋਵੇ ਹਿੱਟ, ਜਾਂ ਕਰਾਉਣੀ ਹੋਵੇ ਕੋਈ ਮਿਊਜ਼ੀਕਲ ਨਾਈਟ, ਸਭ ਦੀ ਹੈ ਇੱਕੋ ਇੱਕ ਪਸੰਦ, ਮੀਕਾ ਸਿੰਘ। ਜੀ ਹਾਂ, ਅੱਜ ਜਿਸ ਸਿਤਾਰੇ ਦੀ ਅਸੀਂ ਤੁਹਾਨੂੰ ਚਮਕ ਦਿਖਾਉਣ ਜਾ ਰਹੇ ਹਾਂ, ਉਹਨੇ ਮੀਕਾ ਸਿੰਘ। ਤੁਹਾਨੂੰ ਦੱਸ ਦਈਏ, ਮੀਕਾ ਸਿੰਘ ਜਿਨ੍ਹਾਂ ਦਾ ਰੀਅਲ ਨੇਮ ਅਮਰੀਕ ਸਿੰਘ ਹੈ, ਇਹਨਾਂ ਦਾ ਜਨਮ 10 ਜੂਨ 1977 ਦੁਰਗਾਪੁਰ ਵੈਸਟ ਬੰਗਾਲ 'ਚ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਅਮਰੀਕ ਸਿੰਘ ਸੀ ਔਰ ਮਾਤਾ ਦਾ ਨਾਮ ਬਲਬੀਰ ਕੌਰ ਸੀ। ਮਾਤਾ ਪਿਤਾ ਦੋਨੋਂ ਹੀ ਮਿਊਜ਼ਿਕ ਦੀ ਜਾਣਕਾਰੀ ਰੱਖਦੇ ਸੀ। ਇਹਨਾਂ ਦਾ ਵੱਡਾ ਭਰਾ ਦਲੇਰ ਮਹਿੰਦੀ, ਜੋ ਕਿ ਇੱਕ ਜਾਣਿਆ ਮਾਨਿਆ ਸਿੰਗਰ ਹੈ, ਉਹ ਸਿੰਗਰ ਹੋਣ ਦੇ ਨਾਲ ਨਾਲ ਸੌਂਗ ਰਾਈਟਰ ਵੀ ਸੀ, ਤੇ ਪਰਿਵਾਰ 'ਚ ਮਿਊਜ਼ਿਕ ਦਾ ਮਾਹੌਲ ਹੋਣ ਕਰਕੇ ਉਹ ਬਚਪਨ ਤੋਂ ਹੀ ਮਿਊਜ਼ਿਕ ਨਾਲ ਜੁੜ ਗਏ ਸੀ। 8 ਸਾਲ ਦੀ ਉਮਰ 'ਚ ਮੀਕਾ ਨੇ ਤਬਲਾ ਸਿੱਖਿਆ ਤੇ 12 ਸਾਲ ਦੀ ਉਮਰ 'ਚ ਹਾਰਮੋਨੀਅਮ ਸਿੱਖ ਲਿਆ ਸੀ। 14 ਸਾਲ ਦੀ ਉਮਰ ਵਿੱਚ ਆ ਕੇ ਉਹਨਾਂ ਨੇ ਗਿਟਾਰ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਪਲੇਬੈਕ ਸਿੰਗਿੰਗ ਤੋਂ ਪਹਿਲਾਂ ਮੀਕਾ ਸਿੰਘ ਕੀਰਤਨ ਦਰਬਾਰ 'ਚ ਵੀ ਗਾਉਂਦੇ ਸੀ ਔਰ ਇਹ ਇੱਕ ਸਿੰਗਰ ਨਹੀਂ ਬਲਕਿ ਇੱਕ ਮਿਊਜ਼ਿਕ ਡਾਇਰੈਕਟਰ ਬਣਨਾ ਚਾਹੁੰਦੇ ਸੀ। ਸਾਵਨ ਮੇਂ ਲੱਗ ਗਈ ਆਗ ਮੀਕਾ ਦੀ ਫਸਟ ਸੋਲੋ ਐਲਬਮ ਸੀ। ਜਦ ਇਹ ਐਲਬਮ ਨਿਕਲੀ ਤਾਂ ਮੀਕਾ ਸਿਰਫ 21 ਸਾਲ ਦੇ ਸੀ। ਉਸ ਤੋਂ ਬਾਅਦ ਇਹਨਾਂ ਨੇ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਸੌਂਗਸ ਦਿੱਤੇ, ਜਿਵੇਂ ਗੱਭਰੂ, ਓ ਸਨਮ ਜਾਨੇ ਮਨ, ਸਮਥਿੰਗ ਸਮਥਿੰਗ। ਲੇਕਿਨ ਲੋਕਾਂ ਨੇ ਸਮਥਿੰਗ ਸਮਥਿੰਗ ਔਰ ਇਸ਼ਕ ਬਰਾਂਡੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ। ਪਿਆਰ ਕੇ ਸਾਈਡ ਇਫੈਕਟਸ ਮੂਵੀ ਦੇ ਗਾਣੇ ਦਿਲ ਤੋੜ ਕੇ ਨਾ ਜਾ ਰੀਮਿਕ ਸੌਂਗ ਤੋਂ ਬਾਅਦ ਹੀ ਮੀਕਾ ਦੀ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਹੋਈ। ਇਹਨਾਂ ਨੇ ਇੰਡਸਟਰੀ ਨੂੰ ਸੁਪਰ ਡੁਪਰ ਹਿੱਟ ਸੌਂਗਸ ਦਿੱਤੇ। ਮੀਕਾ ਨੇ ਹਿੰਦੀ, ਪੰਜਾਬੀ, ਬੰਗਾਲੀ, ਕੰਨੜ, ਤੇਲਗੂ ਬਹੁਤ ਸਾਰੀ ਭਾਸ਼ਾ 'ਚ ਗਾਣੇ ਗਾਏ। ਸਿੰਗਿੰਗ 'ਚ ਇਹਨੇ ਕਾਮਯਾਬ ਹੋਣ ਕਰਕੇ ਮੀਕਾ ਸਿੰਘ ਸਿੰਗਿੰਗ ਰਿਐਲਿਟੀ ਸ਼ੋਅਜ਼ ਵਿੱਚ ਐਜ਼ ਅ ਜੱਜ ਵੀ ਆ ਚੁੱਕੇ ਨੇ। ਸਿੰਗਿੰਗ ਤੋਂ ਇਲਾਵਾ ਮੀਕਾ ਸਿੰਘ ਕੁਝ ਮੂਵੀਜ਼ 'ਚ ਵੀ ਆਪਣੇ ਐਕਟਿੰਗ ਦੇ ਜੋਹਰ ਦਿਖਾ ਚੁੱਕੇ ਨੇ। ਉਹਨਾਂ ਦੇ ਐਕਟਿੰਗ ਕਰੀਅਰ ਵਿੱਚ 3 ਫਿਲਮਾਂ ਸ਼ਾਮਿਲ ਨੇ, ਮਿੱਟੀ, ਲੂਟ, ਬਲਵਿੰਦਰ ਸਿੰਘ ਫੇਮਸ ਹੋ ਗਿਆ। ਤੇ ਅੱਜ ਅਸੀਂ ਤੁਹਾਨੂੰ ਦੱਸਿਆ ਮੀਕਾ ਸਿੰਘ ਦੇ ਟੈਲੈਂਟ ਦੇ ਬਾਰੇ ਤੇ ਉਹਨਾਂ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੇ ਬਾਰੇ। ਤੁਹਾਨੂੰ ਕਿੱਦਾਂ ਦਾ ਲੱਗਾ ਅੱਜ ਦਾ ਸ਼ੋਅ, ਸਾਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ, ਤੇ ਹੋਰ ਨਵੇਂ ਸਿਤਾਰੇ ਦੀ ਚਮਕ ਲੈ ਕੇ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।